ਬਾਹਰ ਦਾ ਕਾਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ ਇੱਥੇ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਨੇ ਅੱਜ ਪੰਜਾਬ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਆਪਾਂ ਜੇ ਗੱਲ ਕਰੀਏ ਲੜਕੀਆਂ ਬਾਰੇ ਤਾਂ ਬਹੁਤ ਸਾਰਾ ਜਿਹੜੇ ਹਾਲਾਤ ਨੇ ਲੜਕੀਆਂ ਲੜਕੀਆਂ ਨੂੰ ਪਾਰ ਵਿੱਚ ਕਾਫੀ ਵਾਧਾ ਪਾਇਆ ਜਾਂਦਾ ਸੀ ਪਹਿਲਾਂ ਕੁਝ ਸਾਲ ਪਹਿਲਾਂ ਪਰ ਹੁਣ ਦਿਨੋਂ ਦਿਨ ਘੱਟ ਰਿਹਾ ਹੈ ਲੜਕੀ ਅਤੇ ਲੜਕੀ 'ਚ ਫਰਕ ਨਹੀਂ ਸਮਝਿਆ ਜਾ ਰਿਹਾ ਇਸੇ ਕਾਰਨ ਹੁਣ ਜਿਹੜੀ ਲੋਹੜੀ ਹੈ ਉਹ ਧੀਆਂ ਦੀ ਮਨਾਈ ਜਾ ਰਹੀ ਹੈ ਧੀਆਂ ਦੀ ਲੋਹੜੀ ਮਨਾਉਣਾ ਇੱਕ ਬਹੁਤ ਹੀ ਸ਼ੁਭ ਸੰਕੇਤ ਹੈ ਇਸੇ ਤਹਿਤ ਅੱਜ ਅਸੀਂ ਪਿੰਜ ਹਾਂ ਪਿੰਡ ਗਾਲਾ ਗ੍ਰੰਥੀਆਂ ਵਿੱਚ ਉੱਥੇ ਅਸੀਂ ਜਦੋਂ ਪੁੱਜੇ ਤਾਂ ਪੁੱਛਿਆ ਕਿ ਜਿਹੜੀ ਲੋਹੜੀ ਉਹ ਕਿਸ ਦੀ ਮਨਾਈ ਜਾ ਰਹੀ ਹੈ ਤਾਂ ਉਹਨਾਂ ਨੇ ਕਿਹਾ ਕਿ ਧੀ ਦੀ ਲੋਹੜੀ ਜਿਹੜੀ ਉਹ ਮਨਾਈ ਜਾ ਰਹੀ ਹੈ ਧੀਆਂ ਅਤੇ ਲੜਕਿਆਂ ਵਿੱਚ ਕਾਫੀ ਜ਼ਿਆਦਾ ਫਰਕ ਸਮਝਿਆ ਜਾਂਦਾ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਕਿਉਂਕਿ 21ਵੀਂ ਸਦੀ ਦੇ ਵਿੱਚ ਇੱਕ ਸਵੀਡਨ ਦੀ ਲੜਕੀ ਗ੍ਰੇਟਾ ਥਨਬਰਗ ਨੇ ਯੂਨਾਈਟਿਡ ਨੇਸ਼ਨ ਵਿੱਚ ਆਵਾਜ਼ ਚੁੱਕੀ ਬਹੁਤ ਸਾਰੇ ਦੇਸ਼ਾਂ ਨੂੰ ਉਹਨੇ ਆਪਣੇ ਜਿਹੜੇ ਮੈਸੇਜ ਉਹ ਸੁਨੇਹ ਦਿੱਤੇ ਅਤੇ ਉਸ ਤੋਂ ਬਾਅਦ ਲਾਲਾ ਯੂਸੁਫਜ਼ਈ ਨੇ 15 ਦਿਨ ਪਹਿਲਾਂ ਇੱਕ ਸਕਾਲਰਸ਼ਿਪ ਦਾ ਐਲਾਨ ਅਮੈਰੀਕਾ ਦੀ ਧਰਤੀ ਤੋਂ ਹੁੰਦਾ ਹੈ ਸੋ ਲੜਕੀਆਂ ਲੜਕਿਆਂ 'ਚ ਕੋਈ ਫਰਕ ਨਹੀਂ ਕਰਨਾ ਚਾਹੀਦਾ ਆਓ ਆਪਾਂ ਹੁਣ ਗੱਲ ਕਰਦੇ ਹਾਂ ਪਰਿਵਾਰ ਦੇ ਨਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿਹੜਾ ਪਿੰਡ ਤੋਂ ਬੋਲ ਰਹੇ ਹੋ ਮੈਂ ਵਡਰਾਂ ਤੋਂ ਬੋਲ ਰਿਹਾ ਜੀ ਠੀਕ ਆ ਜੀ ਅੱਜ ਕੀ ਪ੍ਰੋਗਰਾਮ ਮੇਰੀ ਬੇਟੀ ਦਾ ਅੱਗੇ ਬੇਟੀ ਹੋਈ ਆ ਉਹਦੇ ਲੋਹੜੀ ਦੇ ਪ੍ਰੋਗਰਾਮ ਦੇ ਇਕੱਠੇ ਹੋਏ ਆ ਜੀ ਠੀਕ ਆ ਜੀ ਪਰ ਅਸੀਂ ਕੁਝ ਸਾਲ ਪਹਿਲਾਂ ਅਗਰ ਦੇਖਦੇ ਤਾਂ ਲੜਕੀਆਂ ਦੀ ਲੋਹੜੀ ਮਨਾਈ ਜਾਂਦੀ ਸੀ ਪਰ ਤੁਸੀਂ ਲੜਕੀਆਂ ਦੀ ਮਨਾ ਰਹੇ ਹੋ ਵੱਖਰਾ ਉਹ ਕਰ ਮੈਂ ਲੜਕੀਆਂ ਦੀ ਜਨ ਲੋਹੜੀ ਮੈਂ ਲੜਕੀਆਂ ਹੀ ਜ਼ਿਆਦਾ ਪਸੰਦ ਕਰਦੀ ਕਿਉਂਕਿ ਲੜਕੀਆਂ ਦੇ ਅੱਜ ਤੱਕ ਪੂਰੇ ਪੇਰੈਂਟਸ ਨੂੰ ਸੰਭਾਲਿਆ ਹੈ ਠੀਕ ਹੈ ਜੀ ਇਸ ਕਰਕੇ ਅੱਗੇ ਬੇਟੀ ਦੀ ਬੇਟੀ ਹੋਈ ਹੈ ਤਾਂ ਮੈਂ ਉਹ ਵੀ ਬੇਟੀ ਨਹੀਂ ਹੋਈ ਮੇਰੇ ਬੇਟਾ ਹੀ ਹੋਇਆ ਸੋ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਕਿਉਂਕਿ ਸਾਡੀ ਗੁਰੂ ਨਾਨਕ ਸਾਹਿਬ ਜਿਹੜੀ ਬਾਣੀ ਹੈ ਆਸਾ ਦੀ ਵਾਰ ਵਿੱਚ ਵੀ ਕਿਹਾ ਗਿਆ ਹੈ ਪੰਡ ਦਿੰਦੀ ਹੈ ਸੋ ਉਹਦੇ ਵਿੱਚ ਵੀ ਬਾਰ ਬਾਰ ਇਸੇ ਇਹੀ ਗੱਲਾਂ ਰਿਪੀਟ ਕੀਤੀਆਂ ਗਈਆਂ ਨੇ ਕਿ ਲੜਕੀ ਅਤੇ ਲੜਕੇ 'ਚ ਕੋਈ ਵੀ ਜਿਹੜਾ ਫਰਕ ਸਾਨੂੰ ਨਹੀਂ ਕਰਨਾ ਚਾਹੀਦਾ ਪਰ ਸਾਡੇ ਕੁਝ ਲੋਕ ਇਹਨਾਂ ਗੱਲਾਂ ਤੋਂ ਅਣਜਾਣ ਸਨ ਪਰ ਹੁਣ ਲੋਕ ਥੋੜੇ ਸਮਝਦਾਰ ਹੋ ਚੁੱਕੇ ਨੇ ਆਓ ਅਸੀਂ ਗੱਲ ਕਰਦੇ ਹਾਂ ਹਾਂਜੀ ਮੈਂ ਖੁਸ਼ਵੰਤ ਸਿੰਘ ਜੀ ਵਡਾਲਾ ਗ੍ਰੰਥੀ ਹਾਂ ਸਾਡੇ ਪੋਤੀ ਹੋਈ ਹੈ ਬਹੁਤ ਛੋਟੀ ਜੀ ਬਹੁਤ ਹੀ ਖੁਸ਼ੀ ਹੋਈ ਹੈ ਕਿ ਮਹਾਰਾਜ ਨੇ ਜੀ ਦਿੱਤਾ ਹੈ ਸੋ ਕਿਉਂ ਮੰਦਾ ਕੀ ਜਿੱਤ ਜੰਮੇ ਰਾਜਾਨ ਅੱਜ ਉਹਨਾਂ ਦੀ ਖੁਸ਼ੀ ਦੇ ਵਿੱਚ ਸਾਰਾ ਪਰਿਵਾਰ ਇਕੱਠਾ ਹੋ ਕੇ ਅਸੀਂ ਲੋਹੜੀ ਮਨਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹਨਾਂ ਨੇ ਬਹੁਤ ਵਧੀਆ ਸੰਦੇਸ਼ ਦਿੱਤਾ ਹੈ ਕਿ ਗੁਰਬਾਣੀ ਦਾ ਇੱਕ ਪਵਿੱਤਰ ਫਰਮਾਨ ਵੀ ਹੈ ਸੋ ਕਿਉਂ ਮੰਦਾ ਕੀ ਜਿੱਤ ਜੰਮੇ ਰਾਜਾਨ ਸੋ ਇਹਨਾਂ ਮਹਾਂਵਾਕਾਂ ਦਾ ਜਿਹੜਾ ਇਹਨਾਂ ਨੇ ਜ਼ਿਕਰ ਕੀਤਾ ਹੈ ਕਿ ਲੜਕੀਆਂ ਅਤੇ ਲੜਕਿਆਂ ਵਿੱਚ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅੰਤਰ ਨਹੀਂ ਕਰਨਾ ਚਾਹੀਦਾ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਕਰਨਾ ਚਾਹੀਦਾ ਬਹੁਤ ਵਧੀਆ ਸੁਨੇਹਾ ਜਾ ਰਿਹਾ ਸਮਾਜ ਨੂੰ ਕਿ ਲੜਕੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ ਦੇਖੋ ਜੀ ਬਹੁਤ ਵਧੀਆ ਉਪਰਾਲਾ ਕੀਤਾ ਇਹਨਾਂ ਪਰਿਵਾਰ ਨੇ ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਵੀ ਧੀਆਂ ਦੀ ਲੋਹੜੀ ਮਨਾ ਰਹੇ ਆ ਅਤੇ ਬਾਕੀ ਮੈਂ ਅਰਦਾਸ ਕਰਦਾ ਉਹ ਪਰਮਾਤਮਾ ਅੱਗੇ ਕਿ ਜੋ ਦਮੀਸ਼ਨ ਘਰ ਚੱਲਣ ਡਿਆ ਉਹ ਸਾਡੇ ਕਿਸਾਨ ਜਿਹੜੇ ਸਾਰੇ ਚੇਤੂ ਹੋ ਗਏ ਹੁਣ ਸਾਨੂੰ ਬਹੁਤ ਵਧੀਆ ਖੁਸ਼ੀ ਹੋਵੇਗੀ ਕਿ ਉਹ ਕਾਨੂੰਨ ਪਾਸ ਹੋ ਜਾਣਾ ਅਤੇ ਇੰਨਾ ਵਧੀਆ ਉਪਰਾਲਾ ਸਾਨੂੰ ਬਹੁਤ ਵਧੀਆ ਹੋਵੇਗਾ ਜੇ ਸਾਡੇ ਕਿਸਾਨ ਉੱਥੋਂ ਜਿੱਤ ਗਏ ਆਉਣ ਇਸ ਕਰਕੇ ਬਹੁਤ ਹੀ ਧੰਨਵਾਦ ਕਰਦਾ ਜੋ ਇਹਨਾਂ ਕੀਤਾ ਆ ਪਰ ਉਹਦੇ ਉਹ ਤੋਂ ਵਧੀਆ ਸਾਡਾ ਕਿਸਾਨਾਂ ਸੰਘਰਸ਼ ਜਿਹੜਾ ਉਹਦੇ ਵਾਸਤੇ ਅਰਦਾਸ ਕਰਦਾ ਮੈਂ ਮਹਾਰਾਜ ਉਹਨਾਂ ਦੀ ਜਿਹੜੀ ਜਿੱਤ ਪ੍ਰਾਪਤ ਹੋਵੇ ਧੰਨਵਾਦ ਸੋ ਇਹ ਵੀਰ ਜੀ ਨੇ ਕਿਸਾਨੀ ਸੰਘਰਸ਼ ਜਿਹੜਾ ਅੱਜ 48ਵੇਂ ਦਿਨ ਵਿੱਚ ਪ੍ਰਵੇਸ਼ ਕਰ ਚੁੱਕਾ ਹੈ ਦਿੱਲੀ ਦੇ ਵਿੱਚ ਉਹਨਾਂ ਦਾ ਇਹਨਾਂ ਨੇ ਜ਼ਿਕਰ ਕੀਤਾ ਹੈ ਸੋ ਪੁਕਾਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ